ਮੈਂ ਮਜਲਸ ਤੇ ਤਬੂਤ ਪਾਕ ਬੀਬੀ ਬੀਬੀ ਫਾਤਮਾ ਤੁਜ਼ਾਰਾ ਸਲਾਮੁਲਾ ਅਲੈਹਾ ਮਸੂਰਾਤ ਦੀ ਸਾਈਡ ਤੇ ਬ੍ਰਾਹਮਣ ਦਾ ਵੈਦਾ, ਮਰਦਾਂ ਦੀ ਸਾਈਡ ਤੇ ਮਾਤਮ ਦਾ ਇਤਮਾਮ ਹੈ, ਸ਼ਿਰਕਤ ਫਰਮਾ ਕੇ ਸਵਾਬੇ ਦਾਰਿਆਂ ਹਾਸਲ ਕਰਿਓ। ਇਖਤਤਾਮੇ ਮਜਲਸ ਔਰ ਦੁਆਇਆ ਕਲਾਮਾਤ ਮੁਸੱਵਰ ਏਗਮ ਜਨਾਬੇ ਕਿਬਲਾ ਅਲੀ ਰਜ਼ਾ ਖੋਖਰ ਸਾਹਿਬ ਆਫਸਾਈ ਵਾਲ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਹੈਦਰੀ। ਸਲਾਮ ਯਾ ਹੁਸੈਨ, ਯਾ ਹੁਸੈਨ ਅਲੈਹਿ ਸਲਾਤੁ ਵਸਲਾਮ। ਦੁਆਬਰਾਏ ਤਨਜ਼ੀਲ ਨੂਰੇ ਇਮਾਮਤ, ਅੱਲਾਹੁਮਾ ਸੱਲ ਅਲਾ ਮੁਹੰਮਦ ਵਾ ਅਲੇ ਮੁਹੰਮਦ। ਅੱਲਾਹੁਮਾ ਕੁਲ ਵਲੀਯਕ ਅਲ ਹੁਜਤ ਇਬਨ ਅਲ ਹਸਨ ਅਲ ਅਸਕਰੀ ਅਲੈਹਿ ਸਲਾਮ ਸਲਵਾਤੁਕਾ ਅਲੈਹਿ ਵਾ ਅਲਾ ਅਬਾਇਹਿ ਫੀ ਹਾਜ਼ਿਹਿ ਸਾਅਤ ਵਾ ਫੀ ਕੁਲ ਸਾਅ ਵਾ ਮਿਨ ਸਾਅਤ ਅਲ-ਲੈਲ ਵਲ ਨਹਾਰ। ਵਲੀਯਮ ਹਾਫਿਜ਼ਮ ਵਕਾਇਦਮ ਵਨਾਸਿਰਮ ਵਦਲੀਲਮ ਵਾਇਨਨ ਹਤਾ ਤੁਸਕਿਨਹੂ ਅਰਜ਼ਕਤਉਮ ਵਤੁਮਤਿਆਹੂ ਫੀਹਾ ਤਵੀਲਾ। ਯਾ ਕਾਸ਼ਿਫਲ ਕਰਬੀਅਮ ਵਾਜਿਹਿਲ ਹੁਸੈਨ ਅਲੈਹਿ ਸਲਾਤੋ ਵਸਲਾਮ। ਇਕਸ਼ਿਫ ਕਰਬੀ ਵਕਰੂਬਲ ਮੁਮਿਨੀਨ ਬਿਹੱਕੇ ਅਖੀ ਕਲ ਹੁਸੈਨ। ਯਾ ਅਬਲ ਫਜ਼ਲ ਅੱਬਾਸ ਅਲੈਹਿ ਸਲਾਤੋ ਵਸਲਾਮ। ਨਜ਼ੀਲੋ ਕਾ ਹੈਸੋ ਮਤਜਾਹਤ ਰਿਕਾਬੀ ਵਜ਼ੈਫੋ ਕਾ ਹੈਸੋ ਕੁੰਤੋ ਮਿਨਲ ਬਿਲਾਦ। ਯਾ ਸਾਹਿਬ ਅਲ ਅਸਰੇ ਵਜ਼ਮਾਨ ਅਲੈਹਿ ਸਲਾਤੋ ਵਸਲਾਮ। ਅਦਰਿਕਨੀ 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 ਵਲਾ ਤੁਹਲਿਕਨੀ ਬਿਹੱਕੇ ਉਮਿਕ ਵਜਦਤਿਕ ਸੈਯਦਤਿਨ ਨਿਸਾਇਲ ਆਲਮੀਨ। ਰੱਬੇ ਸੱਲਿ ਅਲਾ ਮੁਹੰਮਦ ਵਾਲ ਮੁਹੰਮਦ। ਅਜਿਲ ਫਰਜਹੁਮ ਵਸਾਹਿਲ ਮਖਰਜਹੁਮ। ਅਜ਼ੀਮ ਅੱਲਾ ਅਜ਼ਮਤੇ ਪਾਕ ਸੈਯਦਾ ਸਲਾਮੁੱਲਾ ਅਲੈਹਾ ਦਾ ਸਦਕਾ ਜ਼ਿਕਰੇ ਮਖਦੂਮੇ ਕੋਨੈਨ ਵਿੱਚ ਦੂਰ ਨਜ਼ਦੀਕ ਤੋਂ ਕਦਮ ਕਦਮ ਚੱਲ ਕੇ ਆਉਣ ਵਾਲਿਆਂ ਨੂੰ ਅਜਰੇ ਅਜ਼ੀਮ ਅਤਾ ਫਰਮਾ। ਪੂਰੇ ਦਿਨ ਦੀ ਇਬਾਦਤ ਦਾ ਇਹ ਨਤੀਜਾ ਹੈ। ਮਖਦੂਮਾ ਦੇ ਤਵੱਸਲ ਨਾਲ ਕੀਤੀ ਗਈ ਦੁਆ ਬਾਰਗਾਹੇ ਤੌਹੀਦ ਚੋਂ ਰੱਦ ਨਹੀਂ ਹੁੰਦੀ। ਆਮੀਨ ਤੇ ਨਾਲ ਵਾਲਾ ਅਜ਼ਾਦਾਰ ਗਵਾਹ ਬਣਾ ਲਓ। ਕਰੀਮ ਅੱਲਾ ਪਾਕ ਮਖਦੂਮਾ ਆਲਮੀਆਨ ਦੇ ਜ਼ਖਮਾਂ ਦਾ ਸਦਕਾ ਤਮਾਮ ਮਰੀਜ਼ਾਂ ਨੂੰ ਸ਼ਿਫਾਏ ਕਾਮਿਲਾ ਅਤਾ ਫਰਮਾ। ਹਾਜ਼ਰੀਨ ਮਜਲਿਸ ਵਿੱਚ ਮੇਰੇ ਅਜ਼ੀਜ਼ ਨੇ ਵਕਾਰ ਨੇ ਦੁਆ ਜ਼ਿੰਮੇ ਲਈ। ਉਹਨਾਂ ਦੇ ਚਾਚਾ ਅਲੀਲਨ ਕੋਮੇ ਚਿਨ ਮਖਦੂਮੇ ਆਲਮੀਆਨ ਦੇ ਦੁੱਖਾਂ ਦਾ ਸਦਕਾ, ਬੀਬੀ ਦੀ ਰੋਂਦੀਆਂ ਧੀਆਂ ਦੇ ਆਂਸੂਆਂ ਦਾ ਸਦਕਾ, ਮਾਲਿਕ ਹਰਦੀ ਦੇ ਸਰ ਦਸਾਇਆ ਕਾਇਮ ਫਰਮਾ। ਮੁਖਮਿਨ ਮਖਸੂਸ ਨੂੰ ਸ਼ਿਫਾ ਅਤਾ ਫਰਮਾ। ਹਾਜ਼ਰੀਨ ਮਜਲਿਸ ਦੇ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ। ਬਾਨੀਆਂ ਨੇ ਜ਼ਿਕਰੇ ਪਾਕ ਸਫ਼ੇ ਅਜ਼ਾ ਵਿਛਾਵਣ ਵਾਲਿਆਂ ਨੂੰ ਪਾਕ ਬੀਬੀ ਦੀ ਬਾਰਗਾਹੇ ਆਲੀਆ ਚੋਂ ਅਜਰੇ ਅਜ਼ੀਮ ਅਤਾ ਫਰਮਾ। ਕਰੀਮ ਅੱਲਾ ਉਨ ਦੇ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ। ਹੈਦਰੀਆ ਵੈਲਫੇਅਰ ਆਰਗਨਾਈਜੇਸ਼ਨ, ਉਹਨਾਂ ਦੇ ਅਰਾਕੀਨ ਮੁਆਵਨੀਨ ਜੋ ਮੁਲਕ 'ਚ ਨੇ, ਮੁਲਕ ਤੋਂ ਬਾਹਰ ਨੇ, ਜਿਨ੍ਹਾਂ ਇਹ ਤਮਾਮ ਕੀਤਾ ਜੋ ਬੀਬੀ ਦੇ ਨਾਮ ਦਾ ਪੂਰਾ ਦਿਨ ਦਾ ਪੁਰਸਾ ਹੋਏ, ਮਾਲਿਕ ਉਹਨਾਂ ਨੂੰ ਅਜਰੇ ਅਜ਼ੀਮ ਅਤਾ ਫਰਮਾ। ਕੋਈ ਤਕਲੀਫ ਹੈ, ਕੋਈ ਪਰੇਸ਼ਾਨੀ ਹੈ ਤੋ ਬੀਬੀ ਦਾ ਸਦਕਾ ਮਾਲਿਕ ਦੂਰ ਫਰਮਾ। ਇਸ ਵੇਲੇ ਮਾਵਾਂ ਭੈਣਾਂ ਬੇਟੀਆਂ ਨਾਲ ਲੈ ਕੇ ਪੂਰੇ ਦਿਨ ਰੋਣ ਦੇ ਬਾਅਦ ਰਾਤ ਦੇ ਵਕਤ ਅਜ਼ਾਏ ਸੈਯਦਾ ਵਾਸਤੇ ਬੈਠ ਜਾਵਣ ਵਾਲਿਆਂ ਦੇ ਕਬੀਰਾ ਸਗੀਰਾ ਗੁਨਾਹ ਮੁਆਫ ਫਰਮਾ। ਇਹਨਾਂ ਤਮਾਮ ਅਜ਼ਾਦਾਰਾਂ ਦੀਆਂ ਮੈਂ ਹਕੀਰ ਸਮੇਤ ਦੁਆਵਾਂ ਮੁਸਤਜਾਬ ਫਰਮਾ। ਬਿਹੱਕੇ ਮਾਸੂਮੀਨ ਅਲੈਹਿਮ ਸਲਾਤੋ ਵਸਲਾਮ। ਇਸੇ ਪਾਕ ਬੀਬੀ ਦੀ ਗਰੀਬ ਕਬਰ ਦਾ ਸਦਕਾ, ਇਹਨਾਂ ਕਬਰਾਂ ਦੇ ਪਾਕ ਵਾਰਿਸ ਮੁੰਤਕਿਮ ਖੂਨ ਮਜ਼ਲੂਮੀਨ ਇਮਾਮੇ ਅਸਰ ਅਲੈਹਿ ਸਲਾਤੋ ਵਸਲਾਮ ਦੇ ਜ਼ਹੂਰੇ ਪੁਰਨੂਰ ਚ ਤਾਜ਼ੀਲ ਫਰਮਾ। ਅਸਾਂ ਸਾਰਿਆਂ ਨੂੰ ਇਸ ਲਾਇਕ ਕਰ ਮਾਲੇ ਜੋ ਸਾਡੀਆਂ ਅੱਖੀਂ ਫਰਜ਼ੰਦੇ ਪਾਕ ਸੈਯਦਾ ਦੀ ਜ਼ਿਆਰਤ ਦੇ ਕਾਬਿਲ ਹੋ ਜਾਣ। ਕਬੂਲੀਅਤ ਦੁਆ ਵਾਸਤੇ ਹਦੀਸੇ ਹੁਜਤ ਤੇ ਅਮਲ ਕਰੋ। ਸਲਵਾਤ ਸਾਰੇ ਤਿਲਾਵਤ ਫਰਮਾ। ਅਲੀਆਂ ਨੇ ਮੋਜੀਆਂ ਵਾਲਾ ਬਲਕਿ ਪੂਰੇ ਜ਼ਿਲ੍ਹੇ ਪੂਰੇ ਇਲਾਕੇ ਦੇ ਸਾਦਾਤ ਗੈਰ ਸਾਦਾਤ, ਰਾਤ ਦਾ ਵਕਤ ਹੈ, ਦੇਰ ਹੋ ਗਈ, ਇਜਾਜ਼ ਹੈ ਮੇਰੇ ਵਾਸਤੇ ਜੋ ਮੇਰੇ ਇੱਜ਼ਤ ਵਾਲੇ ਭਾਈ ਤੁਰ ਸਾਹਿਬ ਕਿਬਲਾ ਬਹੁਤ ਕੀ ਸ਼ਾਹ ਜੀ ਮੈਂ ਜਾਨ ਮੈਨ ਮੈਨ ਨਹੀਂ ਆਖ ਦਿਨ ਜੋ ਤੂੰ ਇਸ ਮਜਲਿਸ ਦਾ
ਬਾਨੀ ਹੈ, ਮੇਜ਼ਬਾਨ ਹੈ, ਬਾਨੀ ਮਾਲਕ ਹਨ, ਅਸੀਂ ਅਦਾਦਾਰਾਂ ਦੇ ਨੌਕਰ ਹਾਂ। ਮੈਂ ਤੁਸਾਂ ਸਾਰਿਆਂ ਦੀ ਤਰਫੋਂ ਗੱਲ ਮੁਕਾਉਣਾ ਜੀ, ਗੱਲ ਮੁਕਾਉਣਾ ਜੀ, ਮੈਂ ਅੱਧਾ ਮਿੰਟ ਵੀ ਤੁਹਾਡੀ ਵਜ੍ਹਾ ਤੋਂ ਲਿਆ, ਮੈਂ ਇੱਕ ਪੈਗਾਮ ਦੇਣ ਲੱਗਾ ਤੁਹਾਡੀ ਤਰਫੋਂ ਅੱਲਾ ਦੀ ਪੂਰੀ ਕਾਇਨਾਤ ਨੂੰ। ਸ਼ੀਆ ਸੁਣੀ ਸੁਣ ਰਹੇ ਬਰਾਹ ਰਾਸਤ ਮਜਲਿਸ ਹੈ, ਆਵਾਜ਼ ਦੁਨੀਆ ਦੇ ਹਰ ਕੋਨੇ 'ਤੇ ਜਾ ਰਹੀ। ਅੱਜ ਕਈ ਦਿਨ ਹੋ ਗਏ, ਦਿਨ ਰਾਤ ਸਾਨੂੰ ਰੋਂਦੇ ਹਾਂ, ਦੁਨੀਆ ਨੂੰ ਦੱਸਦੇ ਹਾਂ। ਮੈਂ ਤਮਾਮ ਸਾਦਾਤ ਮੁਮਿਨੀਨ ਦੀ ਤਰਫੋਂ ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਲਾ ਇਲਾਹਾ ਇਲੱਲਾਹ ਮੁਹੰਮਦੁਰ ਰਸੂਲੁਲਾਹ ਅਲੀਯੁਨ ਵਲੀਯੁਲਾਹ ਕਲਮਾ ਪੜ੍ਹ ਕੇ ਇੱਥੇ ਕਸਮ ਮੰਨ ਜਾਓ, ਸ਼ੀਆ ਵਾਸਤੇ ਨਹੀਂ, ਹਰ ਮਜ਼ਹਬ ਵਾਸਤੇ, ਤੁਹਾਨੂੰ ਕਸਮ ਦੀ ਜ਼ਰੂਰਤ ਨਹੀਂ, ਤੁਸੀਂ ਤਾਂ ਰੋਣ ਆਇਓ। ਤੁਹਾਡੀ ਤਰਫੋਂ ਦੁਨੀਆ ਨੂੰ ਪਿਆਦਾ, ਇੱਥੇ ਸਾਡੀ ਕਸਮ ਮੰਨੋ, ਹਲਫ ਦਿੰਦੇ ਹਾਂ, ਨਹੀਂ ਤਾਂ ਕਾਬਾ ਲੈ ਜਾਓ, ਗਿਲਾਫੇ ਕਾਬਾ 'ਚ ਹੱਥ ਰੱਖ ਕੇ ਹਲਫ ਦੇਣ ਨੂੰ ਤਿਆਰ ਹਾਂ। ਪਾਕ ਰਸੂਲ ਦੀ ਧੀ ਮਰਨੀ ਗਈ, ਕਤਲ ਹੋ ਗਈ, ਤੁਹਾਡੇ ਬੱਚੇ ਜੀਵਨ ਪਾਕ ਸਹੀ ਆ। ਇਸੇ ਵਾਸਤੇ ਮਾਜ਼ਰਤ, ਮੈਂ ਤੁਹਾਡੀ ਤਵੱਜੋ ਕਰਾਈ ਆਈ, ਜੋ ਮੈਂ ਪਹਿਲਾਂ, ਮੈਂ ਇਸ ਵਕਤ ਵਿੱਚ ਦੇਰ ਹੋ ਗਈ ਜਨਾਜ਼ਿਆਂ 'ਤੇ, ਪਹਿਲਾਂ ਵੀ ਦੇਰ ਹੋ ਜਾਂਦੀ ਹੈ। ਮੈਂ ਨਹੀਂ ਚਾਹੁੰਦਾ ਪੀਰ ਤੋਂ ਕਿਰਸ਼ਾ ਜੀ, ਭਾਈ ਜਾਨ, ਜੋ ਕਿਸੇ ਸ਼ਰੀਫ ਦੀ ਧੀ ਨੂੰ ਵਤਨ ਦੇ ਰਸਤੇ 'ਤੇ ਦੇਰ ਨਾਲ ਟੁਰਨਾ ਪੈ ਜਾਏ। ਬੀਬੀ ਦੇ ਨਾਮ ਦੀ ਮਜਲਿਸ ਹੋਏ, ਹਰ ਜ਼ਾਕਿਰ ਦੋ ਚਾਰ ਗੱਲਾਂ ਫਜ਼ਾਇਲੀਆ ਮਸਾਹਿਬ ਦੇ ਅੰਦਾਜ਼ ਵਿੱਚ ਮਖਦੂਮਾ ਦੀਆਂ ਕਰ ਦੇਣ। ਮੈਂ ਹੁਸੈਨ ਦੀ ਅੰਮਾ ਦਾ, ਪਾਕ ਮਖਦੂਮਾ ਦਾ ਦੁਨੀਆ ਤੋਂ ਟੁਰਨ ਪੜਨ ਲੱਗਾ। ਚਾਰ ਦੁੱਖ ਜਨਾਜ਼ੇ ਦੀਆਂ, ਦੋ ਗਰੀਬੀਆਂ, ਚੁੱਕੇ ਜਨਾਜ਼ਾ ਬਰਾਮਦ ਹੋਣਾ ਹੈ। ਜ਼ਰਬਾਂ ਪੜ੍ਹਦੇ ਉਹਨਾਂ ਜੀ, ਮੌਲਾ ਦੇ ਮਦਾ ਨੁਆ ਖਾਨ ਇਮਾਮ ਹੁਸੈਨ ਅਲੈ ਸਲਾਮ ਦੀ, ਪੁੱਤਰ ਵੀ ਮਕਤੂਲ, ਮਾਂ ਵੀ ਮਕਤੂਲਾ, ਪੁੱਤਰ ਇੱਕ ਦਿਨ ਨੇ 13 ਜ਼ਰਬਾਂ ਨਾਲ, ਮਾਂ 95 ਦਿਨ ਨੇ ਚੱਲਾ ਜਾਣੇ ਕਿਤਨੀਆਂ ਜ਼ਰਬਾਂ ਨਾਲ। ਦਸ ਮੁਹਰਮ ਨੂੰ ਇਤਨੀ ਤੁਸੀਂ ਹਾਏ ਕਰ ਲਈ, ਇੱਕ ਜਨਾਜ਼ੇ ਦੇ ਮਿਆਰ ਦੀ ਹਾਏ ਕਰੋਗੇ ਤੇ ਮੈਂ ਸਲਾਮ ਕਰਾਂਗਾ। ਕੁਛ ਮੈਂ ਅਗਰ ਉਹਨਾਂ ਇਤਨੀ ਇੱਜ਼ਤ ਦਿੱਤੀ ਹੈ ਤਾਂ ਫਿਰ ਮੇਰਾ ਘਰ ਏ, ਮੈਂ ਕੁਛ ਮਨਾਉਣ ਵਾਸਤੇ ਨਹੀਂ, ਮੁਕਾਉਣ ਵਾਸਤੇ ਖੜੋ। ਜ਼ਿੰਦਗੀ ਬਾਕੀ ਤਰੇਈ ਨੂੰ ਇਨਸ਼ਾਅੱਲਾ, ਜਿਤਨੀ ਮਾਦਮੀ ਹੁਕਮ ਦੇਣਗੇ ਉਤਨੇ ਮਸਾਹਿਬ। ਜਨਾਜ਼ੇ 'ਤੇ ਮੈਂ ਇੰਤਜ਼ਾਰ ਨਾ ਕਰਾਵਾਂ, ਬਾਰ ਬਾਰ ਪਿਆਰ ਨਾ ਕਰਾਵਾਂ, ਕੋਈ ਤਾਂ ਮੇਰੇ ਕੋਲੋਂ ਪੁੱਛੇ ਕਿਸ ਦੀ ਜਲਦੀ ਹੈ, ਇਸ ਦੇ ਬਾਅਦ ਹੋਰ ਡਿਊਟੀ 'ਤੇ ਮੈਂ ਕਿਸੇ 'ਤੇ ਨਹੀਂ ਜਾ ਸਕਦਾ। ਜਲਦੀ ਮਸਾਹਿਬ ਇਸ ਵਾਸਤੇ ਪਿਆ ਪੜਦਾ, ਮਾਂ ਦੇ ਜਨਾਜ਼ੇ 'ਤੇ ਧੀਆਂ ਜ਼ਰੂਰ ਆਉਂਦੀਆਂ ਹਨ, ਅਤੇ ਜਾਂਦਾ ਤੁਸਾਂ ਜਨਾਜ਼ਾ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ। ਜਾਂਦਾ ਤੁਸਾਂ ਜਨਾਜ਼ਾ ਉਠਾਉਣਾ, ਇਹਨਾਂ ਉਹਦੀਆਂ ਧੀਆਂ ਜੰਗਲਾਂ 'ਚ ਰੁੱਲ ਕੇ ਮਰ ਗਈਆਂ। ਕਿਆ ਕਹਿੰਦੇ ਬਾਈ, ਕਿਆ ਕਹਿੰਦੇ ਮੋਏ, ਨਹੀਂ ਥੱਕਾ ਅਖਤਰ ਬਾਈ, ਬਾਬਾ ਜੀ ਅੱਲਾ ਤੁਹਾਡੀ ਪੂਰੀ ਅੰਜਮਨ ਨੂੰ, ਪੂਰੀ ਆਰਗਨਾਈਜੇਸ਼ਨ ਨੂੰ ਮੌਲਾ ਯਕੀਨਨ ਬੀਬੀ ਦਾ ਸਦਕਾ ਬੜੇ ਰੰਗ ਲਾ ਸੈਨ, ਨਾ ਉਹ ਥੱਕੇ ਰੋ ਕੇ ਵੀ ਕਿਸੇ ਸ਼ਾਮ 'ਚ ਆਉਣੇ, ਕਿਸੇ ਕੂਫਾ 'ਚ ਆਉਣੇ, ਇੱਕ ਹਾਈ ਦੀ ਦੀ ਸਦੈਨ ਦੀ ਨਾਈ, ਉਹ ਰੁੱਲ ਕੇ ਲਾਹੌਰ ਆ ਸੁੱਤੀ, ਜਨਾਜ਼ੇ ਦੇ ਤਬਾਵਜ ਜੀ ਉਹਨਾਂ ਵੀ ਆਉਣੇ। ਤੋ ਮੈਂ ਚਾਹੁੰਦਾ ਜਿੰਨਾ ਇਤਨਾ ਪੰਦ ਕੀਤਾ ਹੈ, ਉਹ ਤੁਹਾਡੇ ਮੇਰੇ ਤੋਂ ਮਕਾਨ ਛੱਲ ਕੇ ਰੋਂਦੀਆਂ ਹੋਈਆਂ ਟੁਰ ਵੀ ਜਾਣ ਅਤੇ ਸ਼ਰੀਫਾਂ ਨੂੰ ਦੁਆ ਵੀ ਕਰ ਜਾਣ। ਜ਼ਰਬਾਂ ਗਿਣਾਵਾਂ ਜੀ, ਪਹਿਲੀ ਜ਼ਰਬ ਬਾਬੇ ਦੇ ਜਨਾਜ਼ੇ 'ਤੇ ਕੋਈ ਨਾ ਆਇਆ। ਅਗਰ ਇਹ ਜਨਾਜ਼ੇ ਦੇ ਇਹਤਰਾਮ ਵਿੱਚ ਲਾਈਟਾਂ ਬੁਝਾਵਣਾ ਚਾਹੋ ਤਾਂ ਇਹ ਵੀ ਬੁਝਾ ਦਿਓ, ਇਤਨੀ ਵੀਡੀਓ ਜ਼ਰੂਰੀ ਨਹੀਂ ਜਿਤਨਾ ਇਸ ਮੁਕੱਦਸ ਜਨਾਜ਼ੇ ਦਾ ਇਹਤਰਾਮ ਜ਼ਰੂਰੀ ਹੈ। ਇਹ ਵੀ ਕੋਈ ਕੋਈ ਜ਼ਰੂਰਤ ਨਹੀਂ, ਬੁਝਾ ਦਿਓ। ਹਾਂ, ਇਹੋ ਮਾਹੌਲ ਹੋਵੇ ਜਿਹੜਾ ਹੁਸੈਨ ਬਾਦਸ਼ਾਹ ਦੇ ਹਰਮ ਵਿੱਚ ਹੁੰਦਾ ਹੈ। ਦੁਨੀਆ ਤੱਕ ਆਵਾਜ਼ ਹੀ ਪਹੁੰਚਾਉਣੀ ਹੈ, ਨਾ ਪਹੁੰਚਦੀ ਰਾਸੀ। ਅੱਲਾ ਨਾ ਕਰੇ ਸ਼ਰੀਫੋ ਦੀਆਂ ਦੇ ਸਾਏ ਕਾਇਮ ਰਵਣ, ਬਾਬਾ ਟੁਰ ਜਾਵੇ ਨਾ ਦੁਨੀਆ ਤੋਂ, ਜਨਾਜ਼ਾ ਘਰ 'ਚ ਹੋਵੇ ਧੀ ਦਾ ਰੋਣਾ ਹੋਰ ਹੁੰਦਾ ਹੈ, ਜਦੋਂ ਜਨਾਜ਼ਾ ਉੱਠਣ ਲੱਗੇ ਫਿਰ ਵਹਿਣ ਬਾਬਾ ਜੀ ਔਰ ਹੁੰਦੇ ਨੇ। ਪਿਓ ਦਾ ਜਨਾਜ਼ਾ ਟੁਰ ਜਾਏ, ਦੋ ਸਤਰਾਂ ਪੜੀਏ ਜਾ, ਧੀ ਪੁੱਛਦੀ ਹੈ ਟੁਰਦੇ ਜਨਾਜ਼ੇ ਨੂੰ, ਵੇਖ ਕੇ ਧੀ ਪੁੱਛਦੀ ਹੈ ਪਿਓ ਦੀ ਮਈਅਤ ਕੋਲੋਂ, ਬਾਵੇਂ ਜੀਂਦੀਆਂ ਹੋਵਨ ਮਾਵਾਂ। ਟੁਰਦਾ ਜਨਾਜ਼ਾ ਵੇਖ ਵੇਖ ਕੇ ਅਕਸੀ, ਮੈਨੂੰ ਦੱਸ ਬਾਬਾ ਤੇਰੇ ਵਿਹੜੇ ਵਿੱਚ ਅੱਗੋਂ ਆਵਾਂ ਜਾਂ ਨਾ ਆਵਾਂ। ਮਰਹਬਾ 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 ਅਜ਼ਮੱਲਾਹ ਜੁਰਕੁਮ ਅਜ਼ਮੱਲਾਹ ਜੁਰਕੁਮ।
इस वेले इतना इतमाद इतनी इबादत मैं तो दुआई कर सकता। बेटियां आंदिया ना भाई मैं लाइटा बंद कराई तू अपनी वीडियो बाद च बना ली मेहरबानी कर ये अंधेरा किसी मकसद वास्ते मैं हुणे दो मिनट बाद पढ़दा क्यों अंधेरा है। तुर साहब के बुला सीनियर मौला दे बुजुर्ग जाकिर साडे बुजुर्गां दे संगती मुर्शिद अंजमन अराकीन ते खसूसन मातमी दस्तियां च वैसे हर कोई मातमी है गरीब दा गलियां च दस्तियां चल के मातम करन वाले जनाजा टुर जाए तियां कब्रिस्तान नहीं जांदियां जनाजे गाह नहीं जांदियां जो बिरा दफना के वापस आन खुले दरवाजे रख के इंतजार चौंदियां ते जदों वीर वेड़े दाखलों में उठ के पहला सवाल कर दियां कितने बंदे आ जान जनाजे च फिर जो बिरा के ना पूरा इलाका ही पूरा पिंड आई पूरा वसेब आई फिर दीन तसली आँदी है चलो उजड़ गई सर ते हथ रखण आले बहुएं 28 सफर रसूल टुरे 30 सफर इस वेले अली दफन करके वापस आए नबी दी मिट्टी छड़ के पुछण दा इरादा पे कर दे या दीवार अले मुंह करके रो के अली याद ना चोखा रुआवें कोई नहीं आया या हुसैन या हुसैन या हुसैन करोड़ जिंदगी कुर्बान। बेटा आप मरीज दी दुआ आप भी मंगते रहना जिन्हें मेरे जिम्मे लाइया ना जिदा गिरिया बुलंद होवे लंबा मस मैं 3 मील सज पढ़ता एक भी पूरी नहीं चुन के सुनावन लगा पहली जरा जनाजे च कोई ना आया उन्हें किबला इजाज साहब पढ़ गए दूसरी जरा खाली वाल लाई थोड़ा भला होवे मैं हर पास्यों हाय दी आवाज सुनना चाहता ही सिर्फ खाली ना वली उठाई अगली जरब तहरीर दे टुकड़े अगली जरब इत्थे हाथ अगली जरब ठल्ले दुपार ले वल्ले ते दीगर दरवाजे ते हजूम आ गया कम अज कम पढ़िया लिखिया दौरे कम अज कम 300 बंदा 4000 तक दी रिवायत है घोड़िया की टापा की आवाज तलवारा ते नेजे बुलंद मैं सैयद तो वाकिफ बाकी जिथे सैयद ने मैं नहीं जानता मेरे बद्दे हाथ मैं माफ करना 70 हाथों च ताजी आने अगलियां जरबा बीबी के कतल दियां इकट्ठियां पढ़न लगा दो बंद हाथ च अग लाने का सामान आखरी दरवाजे के बाहर खड़े मातमी आजादार तक हाय शामिल वो ते मैं नतीजा अपना पत्नी कितने बंदे हत्थां च लकड़ियां अली अमीर से निज कुरान तरतीब पे दिन दिन ते दरवाजे ते शोर होया उम्मत दी नीयत पहचान के उठ दे अली नू आखे ना या अली जदा बाबा पे टुरदे हन ना नबी बाबे मैन फरमाया मेरा अली हुण तेरे कोल मेरी अमानत है ये शहीद विलायत पे पढ़ जन्ना वजा मेरे अली दी पहर तो भी या अली बाबे दी उम्मत नाल गल मैं कर सा अली मुसल्ले ते बीबी दर दे अंदर क्यों आयो या अली बाहर आवन या सा अंदर आना है फरमाया याद करो इयो दरवाजा थोड़े दिन गुजरे ते मेरा बाबा कुरान पढ़े बगैर अंदर नन आंदे हजूम जो एक बंदे हस के आखे ओ वेले भूल जा हुण तुहाडे बाबे दी शाही नहीं या अली बाहर आवे या फौज अंदर अक्सी आलिया फरमाया मखदूमा फरमाया मेरिया धिया परदादार बीबी मिन्नत करते रहे भाई जान किबला मौला दे मदाल लकड़ियां जुड़दियां रहियां हुसैन दे मातमी बीबी का मातम करन वास्ते इस वक्त तक इंतजार करना ले आध दरवाजे तक लकड़ियां जुड़िया एक बंदे जैतून सटिया दूजे अग लाई आध तक दरवाजा जल के कमजोर होया दरवाजे नू लगी हुई लोहे दिया मेखां मैं जुमले छोड़ के नतीजे ते औखी सत्र दे करीब आ गया ओ मेखा सुरख होइया जदा जलन दी वजह तो दरवाजा कमजोर होया एक बंदे पीछे हट के पूरे जोर नाल पैर दी ठोकर मारी ओ जलदा होया दरवाजा मुहम्मद दी धी दे उत्ते डठा उतो फौज गुजर गई अल्लमान 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 आजम अल्लाह हो जूरकुम साहब बाबा तुकीर शाह जी भाई जान पूरी अंजुमन 2017 कुम्मुल मुकद्दस मखदूमा
करीमा अहले बैत सलाम अल्लाह अलैहा दे हरम च मजलिस आई, किबला अली हुसैन साहब पढ़ते पे हैं, तो उन्हें बीबी का मौजू शुरू किया। बड़ा वड्डा मजमा, जायरीन भी, उलमा भी, तुलबा भी। उन्हें आख्या बीबी की जियारत ते आना ले, सिर्फ दरवाजा नहीं डठा। अगर मैं ही सतर समझा के टुर जा नमोदिया ला मुसल्ले ते बिस्तर ते बाद जी इबादत कर सकते। उन्हें फरमाया 70 बंदे मैं शाला पहुंचा सकां भाई जान, 70 बंदे। इतना जोर दा धक्का दिता जो अली दे घर दी पूरी दीवार ढह गई। फरमाते हैं अल्लाह जाने कितने दिहाड़े कपड़े दा पर्दा ला के अली घर दा पर्दा। वाह भाई वाह, वाह भाई वाह, थोड़ी समझ नू सलाम है। कुछ देर बाद मेमन अस्मा बिनते उमैस फिजा हसने दरवाजा हटाया, अखां खुलिया। ऐसी रूहानियत है ना मालिक जान दे, मेरा भाई जान दिल पिया दे कोई होर दुख पड़े मैं उत्थे तुहाडे नाल बह के रोवां। आओ मदद करो, आजादाना मातमियां दी मदद नाल 400 मेरे मजीद आवन। दरवाजा हटाया ते अख खुली, पुत्र दी लाश भुल गई, शिकस्ता पहलू ना याद आया, बस सिर्फ पिछा वेख के आखिया ने किथन मेरे अली। अगर मैं इतनी रोशनी है जो तुहान मैं नजर आ जावा, मैं इशारा कर सकता फिजा पया देन उन्होंने तुहाडे बाबे दे उमती दरबार ले गए। मरहबा 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 अजरकुम अल्लाह। मैं सदके हो जावा जे बीबी जमीन छोड़ के डिठे तो अल्लाह दी रस्सी दे गले च रस्सी आई। शाबाश आफरीन मरहबा जरकुम अल्लाह। ए अगली जरब फिर इस दे बाद ए हाथ इत्थे दूजा उत्थे, घर दी हवेली च 3 महीने पुत्रां तो मुंह लुकांदी रही। 2 पाक हस्तियां इस वेड़े दियां जिन्हें जिंदगी की कुछ आखरी नमाज़ लेट के पढ़िया ने, एक 11वें इमाम एक हुसैन दी अम्मा। आ गया जिंदगी का आखिरी दिन, कितना मजमून मैं छड़ दिता है, कितना एक तुसा सुन सकते हो। अली अमीर नू वेहड़े बुलवा के कनीजा तो हुजरा खाली करा के पत्नी कहती डरी हुई सैयदज़ादा पत्नी किस दा खौफ, खाली हुजरे च दाएं बाएं वेख के ते हौले हौले आख्या ने या अली अज मैं मर वजना है। मैं सहारा दे के उठाओ, क्यों जी शिया तो समझ गए भाई जान। फिर प्यादा मौला दे सीनियर मदा खान नू मातमी आजादारा नू सफेद रीश बुजुर्गों नू मुखातमा, जिस सहारा मंगया 100 साल दिए, जाहरी जिंदगी पूरे 18 साल। या अली सहारा दे, अली सहारा दिता जेड़ा हाथ तस्बीह वास्ते बड़े दिन पहलू तू जुदा नहीं होया, ओ दूजे हाथ नाल मिला के या अली माफी मंगदिया। केड़ी गल दी माफी या अली, तुरन लगिया बाबे हुक्म दिता ही मेरे अली दी ताजीम च फर्क ना आवे। या अली पौने 9 साल इस हवेली च रही, कोशिश की तुहाडी खिदमत च फर्क ना आवे, पर जान दे ना कुछ अरसे तो मैं खड़ी हो के नमाज नहीं पढ़ सकती। या अली इस दौरान कोई खिदमत च फर्क आया हो तो मैं यतीम समझ के माफ करना। भाई इतनी हाय सुनना चाह रही आई, मजीद थोड़ा जहा मैं यार बुलंद होवे, हो ही नहीं सकता अंदर तक जनाजा बीबी का परदे च होवे ते तेरे वैन कम अज कम मौजियां वाली दी आबादी तेरी हाय ना सुने, मुमकिन ही नहीं। या अली मेरी हसरत आई, मैं तुहानु बाबे दे मिंबर ते वेखा। या अली हसरत पूरी ना हुई, मैं टुरी वैनिया, मेरिया चंद वसीयतन जी मखदुमा। ये हुणे एक वसीयत दो वसीयत किबला पढ़ियां, मैं दोहरावन लगा। साडे रोवण ते इतराज ना करो, किसी नूं कुछ नहीं आखदे, सिर्फ रोना है नबी दी दीद दे दुखां नूं। आओ सन कोई ते विखाओ, ये नाल रोड है, हर वेले मुसाफिर गुजरदे ने। अल्लाह ना करे किसी मुसाफिर दे रोड ते साह पे मुकदे होवन, उहदा इत्थे कोई ना होवे, वह मौजियां वाले किसी बंदे नूं ऐसी वसीयत करे पराए नूं ना वाकिफ नूं, जैसी वसीयत गरीब हुसैन दी जख्मी अम्मा
घर दी हवेली च अपने शौहर नू कीती, फिर असी ना रोंदे। सुन पहली वसीयत, या अली मेरे जनाजे दा ऐलान ना करावे। है कोई ऐसा कायनात च गरीब जनाजा? दूसरी वसीयत, या अली मेरा शुक्रे भाई जान रात हो गई, शुक्रे जाकरा नू धुंध दी वजह तो देर हो गई। या अली मेरा जनाजा ढली रात दे अंधेरे चावे। या अली ओ मेरे जनाजे च ना जिन्ना मैन मारिया इंजी हाय कर दे आवना। या अली मेरी कबर हेक ना बनावे। भाईजान चार साल पहले बावली रिजा दे जलसे दे दाऊद खेल में आखिया जो बीबी आखे मेरी कबर हेक ना बनावे ते अली चाली कबर बनाइया। बाबा जान भाई अली रिजा शाह जी दे वाले दो उठ खले उन्हें क्या बेटा मैं बड़ी तारीख पढ़ी है, मैं पढ़े जंगा हो दियन हेक एक कबर है चाली चाली जनाजा होंगे एक तक कितने नहीं पढ़िया जो जनाजा हेक ते कबर चाली। मैं जवाब दिता ते मेरे हिस्से दी मजलस मुक गई। मैं आख्या बाबा जी सैयदो मैंने इतनी समझ आई है चाली कबर तामणियां पाक अली ते पाक बीबी नू मदीने इस कबर दा ओई डर रही जेड़ा करबला हुसैन नू असगर दी कबर दा। आफरीन 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 मरहबा जरकुम अल्लाह। मैं करोड़ दफा बिस्मिल्ला करा जवानियां मानो सोच तू सोना साई कट दिया और रोंद आओ जिमें जिमें ऑर्गेनाइजेशन दे जमाना दा दिल ना मुकान होवे जनाजे थे मैं सहन तू पिंदा मेरी औकात नहीं। गरीब हुसैन दी जख्मी अम्मा साडा पुरसा कबूल कर। एक जनाजे वास्ते एक बड़े मयार दा लफ्ज दे जावा सारे रोले। एक जनाजे वास्ते तीन प्यो पुत्रां दीगर तू इशा तई पूरा कब्रस्तान बनाया। चाली कबर कब्रिस्तान या अली मेरी छुपी हुई कबर ते पहरा देवे। तिलावत दे वसीले नाल मेरी कबर दी हिफाजत करना। या अली मैं जख्मिया मेरे जख्मां दा मरम हुसैन है। कदी कदी रात दे वेले मेरी कबर ते मेरा हुसैन ले आना। या अली दिन दे वक्त घर आओ तो एक आयत कुरान दी पढ़ के आना। मेरी आलिया नू शर्म बहुआंदा है। अगलियां तीन वसीयत पढ़न लगा ते बड़िया ही औखियां ने। या अली मेहरबानी करना तकलीफ ते होसी मेरे जनाजे वास्ते लकड़ी दा ताबूत बनावना। छठे इमाम दी हदीस है मदीने च पहला ताबूत बने आई मेरी जख्मी दादी दे जनाजे वास्ते। अली पूछिए ताबूत क्यों? फरमाया या अली उम्मे सलमा दसे उन्हां दे वतन ते ताबूत बन देन मिन्नत तां पई कर दियां चार पाई ते जनाजा होवे तां कद दा पता लग वेंदा है। शाबाश शाबाश आफरीन मरहबा जरकुम अल्लाह। अब भाई जान बाबा जी बड़े बड़े हौसले नाल जवान भाई जान साडे भतीजे दे दर्जात बुलंद होवन। मालिक तुहानूं कोई दुख ना विखावे। पूरा गिरा है पूरा इलाका इन्ने मजलूम दे जिक्र नाल बारहवें दे इनकलाब तक आबाद रवे। जनाजे नाल जाईदा ना कब्रिस्तान मुर्शिद रोज मौत हक है। कोई ना कोई मोमिन दा जनाजा हुंदा है। कोई ते मैनूं दसे जनाजे नूं किस पहलू ते लिटाया जांदा है? मेहरबानी बुजुर्ग पिया दिन सजे पहलू या अली जदों कब्र च लहाओ ना अपने खैबर शिकन हथां ते झल के। मैं पूरी गल नहीं पढ़नी। या अली मैं बड़े आराम नाल या अली मैं क्या रूहानियत है भाई। या अली मैं आलिमा मैं जान दिया मेरे बाबे दी शरीयत च जदों जनाजा कब्र च लिटाया जाए ना फिर पढ़ी जाती है तलकीन। याद रखना मासूम वाजिब दे तारिक नहीं होंदे बल्कि वाजिब दे मुबल्लिग होंदे अमल कर दिन फिर साना दिन। या अली तलकीन दे वक्त नप्पे वेंदे मोढे ते जदा टुर वंजण वाले दा ना आवे मोढे हलाए वेंदे। या अली जद कब्र च लिटा के तलकीन पढ़ो मोढे आप नप्पे आए ते हौले हलावना इत्थे इक इहो जिहा जख्म है। मैं इमाम बारगाह में जलजले आंदे डिठे न जनाजे ते बंदा किवें ना रोवे। इत्थे एक इहो जिहा जख्म है जेड़ा मैं धीआं नूं नहीं दसाया। अली आखे कैसा जख्म आदन या अली जदा तुहाडे गले च रस्सी आई ना मैं बाहर आके तुहान बचावण लगी आई। या अली मैं रखे आई तुहाडे कमर बांधे च हाथ कुनफुज़ बेगैरत दे हाथ च लोहे दा नियामा। जै मेरा हाथ इंज छुड़ाया मैं अजे तक सजे हाथ नाल तस्वीर। या हुसैन या हुसैन या हुसैन अल्लामान भाई
ਅੱਲਾ ਮਾ ਬੜੇ ਹੌਸਲੇ ਨਾਲ ਜਵਾਨੋ, ਬੜੇ ਹੌਸਲੇ ਨਾਲ ਰਾਜ਼ੀ ਹੋਵੋ ਤਾਂ ਕਰੀਬ ਆ ਕੇ ਇੱਕ ਵੈਣ ਕਰਾਂ, ਸਿਰਫ ਹੁਣ ਇੱਕ ਵੈਣ ਕਰੀ, ਹੱਕ ਇਤਨਾ ਬਣਦਾ ਹੀ, ਇਤਨੇ ਥੱਕੇ ਅਜ਼ਾਦਾਰਾਂ ਦੀ ਇਤਨੀ ਸੋਹਣੀ ਮੁਕਾਨ, ਜਿਤਨਾ ਸਫ਼ਰ ਕਰਨਾ ਹੈ, ਮੈਂ ਸ਼ਰੀਫਾਂ ਨੂੰ ਦੁਆ ਕਰਦਾ ਜਾ ਸਾਂ ਬਸ ਵਸੀਅਤਾਂ ਕਰਕੇ। ਇੱਕ ਔਖਾ ਲਫ਼ਜ਼ ਵੀ ਆਦਾ, ਇੱਕ ਬੰਦਾ ਹੈ ਕਰੇ ਕਾਫੀ ਹੈ, ਪੁੱਤਰਾਂ ਦੀਆਂ ਭਾਰਤਾਂ ਧੀਆਂ ਨੂੰ ਦੇ ਕੇ ਉਮਤ ਦੇ ਜ਼ਖਮਾਂ ਦੀ ਮੁੱਕੀ ਹੋਈ ਦੇ ਸਾਹ ਮੁੱਕ ਗਏ। ਬਾਈ ਨਾ ਕਰੋ, ਮਿਹਰਬਾਨੀ ਕਰੋ, ਜ਼ਰੂਰੀ ਗੱਲ ਹੈ, ਬਾਹਰ ਟੁਰ ਜਾਓ। ਮੈਂ ਬਹੁਤ ਵੱਡਾ ਦੁੱਖ ਲੱਪੜਦਾ, ਤੁਹਾਡੀ ਜ਼ਰੂਰੀ ਕਾਲ ਹੈ, ਬਾਹਰ ਜਾ ਕੇ ਕਰੋ, ਮੈਂ ਕਦੀ ਨਾ ਰੁਕ ਸਾਂ ਤੁਹਾਡੀ ਵਜ੍ਹਾ ਤੋਂ। ਨਾਲ ਲੈ ਤਿੰਨ ਅਜ਼ਾਦਾਰਾਂ ਦੀ ਹੰਝ ਪਈ ਰੁਕਦੀ ਹੈ, ਜੇਬ ਵਿੱਚ ਪਾਓ ਮੋਬਾਈਲ ਅਤੇ ਥੋੜ੍ਹੀ ਦੇਰ ਮੈਨੂੰ ਵੇਖੋ, ਮੈਂ ਤੁਹਾਨੂੰ ਔਖੀ ਸਤਰ ਸੁਣਾਵਾਂ। ਦੀਗਰ ਤੋਂ ਲੈ ਕੇ ਢੱਲੀ ਰਾਤ ਤੱਕ ਤਜਹੀਜ਼ ਉਹ ਤਕਫੀਨ ਆਉਂਦੀ ਰਹੀ। ਗੌਸਲ ਜ਼ਿੰਦਗੀ ਵਿੱਚ ਕਿਸੇ ਮਖਦੂਮਾਂ ਦਾ ਪੜਿਆ ਨਹੀਂ, ਤਜਹੀਜ਼ ਉਹ ਤਕਫੀਨ, ਪਹਿਲਾ ਜਨਾਜ਼ਾ ਰਸੂਲ ਦੇ ਘਰ ਦਾ ਜਿਹਦੇ ਸੱਤ ਕਫਨ ਹਨ। ਸੱਤਵੇਂ ਕਫਨ ਲਈ ਬੀਬੀ ਆਖਿਆ, ਹੋਰ ਚਾਦਰ ਨਾ ਮੰਗਾਵੇ, ਮੈਂ ਰੰਗ ਬਾਬੇ ਨੂੰ ਵਾਂਝ ਵਿਖਾ ਸਾਂ। ਰਾਤ ਢਲ ਗਈ, ਅਲੀ ਅਮੀਰ ਭਾਈਜਾਨ ਰਾਜ਼ੀ ਰਵਣਾ ਕਫਨ ਦਾ ਆਖਰੀ ਬੰਦ ਬੱਧ ਕੇ ਤਾਬੂਤ ਜਨਾਜ਼ਾ ਰੱਖ ਕੇ ਤੇ ਹੌਲੇ ਹੌਲੇ ਰੋਵਣਾ ਸ਼ੁਰੂ ਕੀਤਾ। ਨਬੀ ਦੇ ਬਾਅਦ ਉਹ ਗਰੀਬ ਜਨਾਜ਼ਾ ਲਿਖਿਆ ਵੀ ਇਹ ਮੈਂ ਜਾਣਦਾ ਲਿਖਿਆ, ਮੈਂ ਕਦੀ ਨਹੀਂ ਪੜ੍ਹਿਆ ਜੋ ਸਲਮਾਨ ਹਵੇਲੀ ਦੇ ਅੰਦਰ ਆਇਆ। ਮੈਂ ਹਮੇਸ਼ਾ ਇੰਝ ਪੜ੍ਹਦਾ, ਦੋ ਪੁੱਤਰਾਂ ਪਵਾਂ ਦੀ ਚਾਹਿਆ, ਇਕੱਲੇ ਅਲੀ ਸਿਰਾਂ ਦੀ ਚਾਹਿਆ। ਕਈ ਦਫ਼ਾ ਤਾਬੂਤ ਉਠਾਇਆ ਫਿਰ ਰਖਵਾਇਆ, ਜਦਾਂ ਬੜੀ ਦਫ਼ਾ ਤਾਬੂਤ ਰੱਖਿਆ ਨਾ, ਹਸਨ ਹੱਥ ਚੁੰਮਕਿਆ ਦਿਨ, ਬਾਬਾ ਅਜੇ ਲੈ ਨਹੀਂ ਜਾਣਾ, ਚਵੈਂਦੇ ਕਿਉਂ ਹੋ, ਰੋਂਦੇ ਕਿਉਂ? ਅਲੀ ਫਰਮਾਇਆ, ਹਸਨ ਉਹ ਦਰਵਾਜ਼ੇ ਤੇ ਲਗਾ ਜਾ, ਚੌਕ ਦਾ ਮੰਜ਼ਰ ਵੇਖ, ਵਤ ਆ ਕੇ ਮੈਨੂੰ ਦੱਸ। ਚੱਲਦੇ ਹੋਏ ਹਸਨ ਗਏ, ਦੌੜਦੇ ਹੋਏ ਵਾਪਸ ਆਏ, ਸਿਸਕੀਆਂ ਨਾਲ ਬਾਬੇ ਦੇ ਹੱਥ ਚੁੰਮ ਕੇ ਰੋਣ ਲੱਗ ਪਏ। ਕੀ ਡਿੱਠਾਈ ਹਸਨ? ਆਦਨ ਬਾਬਾ ਮੈਂ ਡਿੱਠਾ, ਮਦੀਨੇ ਦੇ ਬੰਦੇ ਚੌਕੇ ਚ ਹੱਸਦੇ ਖਲੇਲ, ਮੈਂ ਸਿਰਫ ਦੋ ਵਹਿਣ ਕਰਨੇ ਤੇ ਜਨਾਜ਼ਾ ਬਰਾਮਦ। ਜਨਾਜ਼ਾ ਪਰਦੇ ਚੋਸੀ, ਜਦਾ ਪਰਦੇ ਜਨਾਜ਼ੇ ਤੇ ਵਹਿਣ ਬੁਲਾਉਂਦੇ ਨੇ, ਇੱਕ ਹੱਥ ਸੀਨੇ ਤੇ ਮਾਰੇ ਹੁਸੈਨ ਦੀ ਅੰਮਾ ਰਾਜ਼ੀ ਹੋ ਸੀ, ਹੱਸ ਹੱਸ ਕੇ ਕਲਿਆ ਦੇ ਨਾਲ ਰੋਵਣ ਦੀ ਆਵਾਜ਼, ਕੋਈ ਨਹੀਂ ਲੱਗਦਾ ਮੁਹੰਮਦ ਦੀ ਮਰ ਗਈ ਏ। ਮਰਹਬਾ 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 ਜਰੁਕਮ ਅੱਲਾ ਮਰਹਬਾ ਜਰੁਕਮ ਮਿਨ ਸੈਯਦਾ ਬਾਬਾ ਡੇਰ ਰੁਆ। ਇੱਕ ਬੰਦਾ ਦਾ ਇੰਤਜ਼ਾਰ ਕਰੋ, ਅਗਰ ਮਰ ਗਈ ਹੋਈ ਹੁਣੇ ਰੋਵਣ ਦੀ ਆਵਾਜ਼ ਆ ਸੀ। ਮੈਂ ਦਰਵਾਜ਼ੇ ਤੇ ਵੈਸਾ, ਮੈਂ ਅਕਸਾਂ ਯਾਲੀ ਬਾਹਰਾ, ਅਸਾਂ ਬਦਲੇ ਲੈ ਲੈ, ਤੁਸਾਂ ਉਹਦ ਬਦਰ ਚ ਮਰਦ ਮਾਰੇ, ਅਸਾਂ ਮਦੀਨੇ ਚ ਨਬੀ ਦੀਦੀ। ਵਾਹ ਭਾਈ ਵਾਹ, ਵਾਹ ਭਾਈ ਵਾਹ, ਸਦਕੇ ਕਿਆ ਕਹਿਨੇ ਜਵਾਨੋ, ਸ਼ਾਬਾਸ਼ ਸਰ। ਪਹਿਲੇ ਬੰਦੇ ਤੂੰ ਖੜੇ ਆਖਰੀ ਅਜ਼ਾਦਾਰ ਤੱਕ, ਬੜੀ ਦੇਰ ਦੇ ਬਾਅਦ ਉੱਠਣ ਲੱਗਾ ਜਨਾਜ਼ਾ, ਜਿਹੜੀਆਂ ਪਰਦੇ ਚ ਬੈਠੀਆਂ ਜਿਨ੍ਹਾਂ ਚ ਤਾਬੂਤ ਬਰਾਮਦ ਹੋਣਾ ਹੈ, ਧੀਆਂ ਹੋਵੇ ਕੋਲ ਤੇ ਉੱਠਣਾ ਹੋਵੇ ਮਾਂ ਦਾ ਜਨਾਜ਼ਾ। ਕਿਸੇ ਦੇ ਵੀ ਜਨਾਜ਼ੇ ਦਾ ਐਲਾਨ ਹੋਵੇ ਨਾ, ਬਾਬਾ ਜੀ 5 ਵਜੇ 8 ਵਜੇ ਜਨਾਜ਼ਾ ਉਹ ਸੀ, ਅਸੀਂ 8 ਵਜੇ ਨਹੀਂ ਜਾਂਦੇ, ਥੋੜ੍ਹੀ ਦੇਰ ਪਹਿਲੇ ਉਸ ਘਰ ਦੇ ਕਰੀਬ ਪਹੁੰਚਦੇ ਹੋ ਜਿੱਥੋਂ ਜਨਾਜ਼ਾ ਉੱਠਣਾ ਹੋਵੇ। ਜਿਹੜੇ ਬਾਹਰ ਇੰਤਜ਼ਾਰ ਚੋਵੇਂ ਨੂੰ ਤਿਆਰੀ ਕਰਨ ਲੱਗ ਪਾਉਂਦੇ ਨੇ ਉਸ ਜਨਾਜ਼ੇ ਦੀ, ਜਿਹਦੇ ਕੋਲ ਧੀਆਂ ਮੌਜੂਦ ਹੋਵੇ, ਮਰਨ ਵਾਲੀ ਮਾਂ ਹੋਵੇ, ਰੋਵਣ ਵਾਲੀਆਂ ਧੀਆਂ ਹੋਵੇ, ਧੀਆਂ ਦੇ ਵੈਣ ਪੂਰੇ ਵਸੇਬ ਨੂੰ ਸੁਣੀਂਦੇ ਨੇ। ਇਹ ਉਹ ਜਨਾਜ਼ਾ ਜਿਹਦੇ ਨਾਲ ਦੋ ਧੀਆਂ ਬੈਠੀਆਂ ਮਗਰ ਉੱਚਾ ਨਹੀਂ ਰੁਨੀਆਂ, ਕਰੋ ਸਵਾਲ ਕਿਉਂ ਨਹੀਂ ਰੁਨੀਆ, ਚਾਵਣ ਤੋਂ ਪਹਿਲੇ ਅਲੀ ਅਮਾਮਾ ਲਹਾਇਆ, ਦੋ ਧੀਆਂ ਦੇ ਸਰ ਤੇ ਹੱਥ ਰੱਖ ਗਿਆ, ਦਿਨ ਉੱਚਾ ਨਹੀਂ ਰੋਣਾ, ਤੁਹਾਡੀ ਮਾਂ ਡਰੀ ਹੋਈ ਏ, ਮੈਂ ਦਫਨਾਵਣ ਨਾ ਪਿਆਵੰਦਾ, ਮੈਂ ਲੁਕਾਵਣ। ਆਫਰੀਨ ਆਫਰੀਨ ਮਰਹਬਾ ਜਰੁਕਮ ਅੱਲਾ ਜੀ 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 ਜੀ, ਮੈਂ ਸਦਕੇ ਟੁਰ ਪਿਆ ਜਨਾਲਾ। ਸਾਈ ਕੱਢੋ, ਸਾਰਾ ਦਿਨ ਰੋਣ ਦੇ ਬਾਅਦ ਹੱਕ ਬਣਦਾ ਹੈ, ਸਾਈ ਕੱਢੋ। ਇਹ ਤਾਂ ਮੈਂ ਪਹਿਲੇ ਆਖਿਆ, ਜ਼ਖਮੀ ਸਹਿਣ ਤੂੰ, ਤੁਹਾਡੀ ਹਾਏ ਪਿੰਨੀ ਆਈ ਤੇ ਹਾਏ ਤੁਸਾਂ ਕਰ ਲਈ। ਬਾਈ ਜਾਨ ਚੱਲ ਪਿਆ ਜਨਾਜ਼ੇ ਦਾ ਮੁਖਤਸਰ ਜਲੂਸ, ਨਾ ਕੋਈ ਗਲੀਆਂ ਨਾ ਕੋਈ ਬਾਜ਼ਾਰ, ਅੱਲਾ ਦਾ ਰਾਜ਼ ਹੈ। 12ਵਾਂ ਜਾਣਦੇ ਨੇ ਜਦ ਆਸਨ ਤਾਂ ਦੱਸੇ ਸਨ ਮੇਰੀ ਦਾਦੀ ਕਿੱਥੇ,
ਬਸ ਜਿੱਥੇ ਜਨਾਜ਼ਾ ਛੁਪਾ ਮਨਾਈ ਜਾਂਦੇ ਮਜ਼ਹਬ ਵਿੱਚ ਮਾਤਮ ਜਾਇਜ਼ ਉੱਥੇ ਆ ਕੇ ਅਲੀ ਜਨਾਜ਼ਾ ਰੱਖਾ ਗਿਆ ਦਿਨ ਸਲਮਾਨ ਤੇ ਅਮਾਰ ਪਹਿਰਾ ਦਿਓ ਮੈਂ ਹੁਣੇ ਵਾਲਾ ਸਾਂ ਸਹਾਬੀਆਂ ਪਹਿਰਾ ਦਿੱਤਾ ਅਲੀ ਦੌੜਦੇ ਹੋਏ ਗਏ ਵੀ ਹਨ ਫਿਰ ਵਾਪਸ ਵੀ ਆਏ ਨਾ ਸਲਮਾਨ ਆਦੇ ਯਾ ਅਲੀ ਕਿੱਥੇ ਗਏ ਹੈ ਅਲੀ ਆਦਨ ਅਚਾਨਕ ਖਿਆਲ ਆਏ ਡੱਲੀ ਹੋਈ ਰਾਤ ਮੇਰੀਆਂ ਦੀਆਂ ਕਲੀਆਂ ਮੈਂ ਸੋਚਿਆ ਮਤਲਬ ਕੋਈ ਆਗ ਲੈ ਵੇ ਮੇਰੀ ਹਾਲੀਆ ਡਰੀ ਹਾਂ ਇੰਜ ਰੋਣਾਈ ਜਨਾਜ਼ੇ ਤੇ ਜਿਵੇਂ ਹੁਣ ਹਾਏ ਕੀਤੀ ਆ ਮਰਹਬਾ ਮਰਹਬਾ ਮਰ ਹੌਸਲੇ ਨਾਲ ਬੜੇ ਹੌਸਲੇ ਨਾਲ ਬਿਲਕੁਲ ਇਹੀ ਵੈਣ ਤੇ ਮੈਂ ਸਲਾਮ ਵੀ ਆ ਕਰਦਾ ਬਾਬਾ ਜੀ ਤੁਹਾਡੇ ਨੋਏ ਖਾਨ ਇੱਥੇ ਹੀ ਮੌਜੂਦ ਹਨ ਇੱਥੋਂ ਗਰੀਬਾ ਦੀ ਗੁਰਬਤ ਸ਼ੁਰੂ ਕਰ ਲੈਂਦੇ ਨੇ ਮੈਂ ਸਲਾਮ ਵੀ ਆ ਕਰਦਾ ਹਾਏ ਕਰਨ ਵਾਲਿਓ ਜਨਾਜ਼ਾ ਛੁਪੈਂਦਿਆਂ ਰਾਤ ਮੁੱਕ ਗਈ ਹਾਏ ਕਰਨਾ ਦਫਨੈਂਦਿਆਂ ਨਾ ਜਵਾਨੋ ਭਾਈ ਜਾਨ ਮੈਂ ਫਿਰ ਪਿਆ ਦਾ ਬੇਟੇ ਦੇ ਦਰਜਾਤ ਬੁਲੰਦ ਉਹਨੇ ਮਾਤਮੀਆਂ ਦੇ ਹੱਥ ਕਮੀਨੇ ਦੇ ਮੁਹਤਾਜ ਨਾ ਹੋਏ ਜਨਾਜ਼ਾ ਲੁਕਾਂ ਦੇ ਰਾਤ ਮੁੱਕ ਗਈ ਪੂਰਾ ਦਿਨ ਫਿਜ਼ਾ ਉਮੇ ਸਲਮਾ ਅਸਮਾ ਬਿੰਤੇ ਉਮੈਸ ਦੋ ਧੀਆਂ ਬਾਦਸ਼ਾਹ ਦੀਆਂ ਇੱਕ ਨੁੱਕਰੇ ਚ ਹੌਲੇ ਹੌਲੇ ਰੋਂਦੀਆਂ ਰਹੀਆਂ ਅਗਲੀ ਸ਼ਾਮ ਆ ਗਈ ਨੌ ਸਾਲ ਤੋਂ ਮਿੰਬਰ ਤੇ ਸਤਰ ਪੜ ਰਿਹਾ ਕਿਹੜਾ ਹੱਥ ਜਿਹੜਾ ਇੱਥੇ ਨਾ ਹੋਵੇ ਦੁਆ ਕਰਿਆ ਕਰੋ ਸ਼ਲਾਓ ਬੀਬੀ ਨਾ ਮਰੇ ਜਾਂਦੀ ਔਲਾਦ ਛੋਟੀ ਹੋਵੇ ਨਾ ਮਰ ਜਾਵੇ ਬੱਚਾ ਛੋਟਾ ਹੋਵੇ ਖਸੂਸਾ ਨਾ ਬੱਚਾ ਜਿਹਨੂੰ ਨੀਂਦ ਮਾਂ ਦੇ ਨਾਲ ਆਉਂਦੀ ਹੋਵੇ ਮਾਂ ਦਫਨ ਹੋਵੇ ਪਹਿਲੀ ਰਾਤ ਆਵੇ ਬੱਚਾ ਕਦੀ ਮਾਂ ਦਾ ਖਾਲੀ ਬਿਸਤਰ ਹੋਵੇ ਜਾਏ ਕਦੀ ਕਿਸੇ ਦਾ ਮੂੰਹ ਕਦੀ ਕਿਸੇ ਦਾ ਮੂੰਹ ਅਗਲੀ ਰਾਤ ਆਈਏ ਤੇ ਇਸੇ ਵੇਲੇ ਅਲੀ ਵਿਛਾਇਆ ਮੁਸੱਲਾ ਅਜੇ ਦੋ ਨਫਲ ਪੜਿਆ ਨੀ ਫਿਜ਼ਾ ਪੈਰਾਂ ਤੇ ਹੱਥ ਰੱਖ ਕੇ ਆ ਦੀ ਯਾ ਅਲੀ ਕਿਆਮਤ ਆ ਗਈ ਸੰਭਲੇ ਭਾਈ ਇਸ ਤੋਂ ਵੱਡਾ ਮਸਾਹਿਬ ਯਾਦ ਹੀ ਕੋਈ ਨਹੀਂ ਇੱਜ਼ਤ ਆਲੇ ਅਲੀ ਯਾਦਨ ਕਿਹੜੀ ਕਿਆਮਤ ਫਿਜ਼ਾ ਰੋ ਗਿਆ ਦੀ ਯਾ ਅਲੀ ਉਹ ਵੇਖ ਧੀਆਂ ਮਿੱਟੀ ਤੇ ਬੈਠੀਆਂ ਰੋਂਦੀਆਂ ਉਹ ਵੇਖੋ ਹਸਨ ਕੱਲਾ ਖੁੱਲਾ ਰੋਂਦਾ ਮਨ ਤੇਰਾ ਹੁਸੈਨ ਨਹੀਂ ਲੱਭਦਾ ਮੁਸੱਲਾ ਛੱਡ ਕੇ ਅਲੀ ਉੱਥੇ ਆਏ ਜਿੱਥੇ ਬੀਬੀ ਦੀ ਕਬਰ ਆਈ ਜੀ ਅਲੀ ਡਿੱਠੇ ਰਾਤ ਦੇ ਅੰਧੇਰੇ ਚ ਹੁਸੈਨ ਮਾਂ ਦੀ ਕਬਰ ਤੇ ਸੁੱਤਾ ਮਜ਼ਲੂਮਾ